जिला सेहत विभाग की ओर से कोटपा एक्ट के तहत सुजानपुर के विभिन्न बाजारों में तंबाकू पदार्थ बेचने वालों के चालान काटे गए। नोडल ऑफिसर डॉक्टर शिल्पा व हेल्थ इंस्पेक्टर अविनाश शर्मा की अध्यक्षता में टीम ने पुलिस पार्टी सहित दुकानों पर जाकर चालान काटे। इस दौरान स्थानीय लोगों के साथ सेहत विभाग टीम की कहासुनी भी हो गई। लोगों ने टीम पर गरीब दुकानदारों को तंग परेशान करने का आरोप लगाते हुए तंबाकू बनाने वाली फैक्ट्रियां बंद करवाने की मांग की। जवाब में सेहत विभाग की टीम ने कहा कि वे सरकारी आदेशों का पालन कर रहे हैं, लोगों को तंग परेशान करने का उनका कोई मकसद नहीं है। मेरे पहली गल सुनो, देखो गरीब बंदा बेचदा गुटका 5 रुपए का, बेचदा 50 रुपए या 10 रुपए बेचदा, इसे दुकानदार का कसूर है? दुकानदार का कसूर है जो सरकार ने कोर्ट पॉइंट से बंद की तारी है। मेन फैक्ट्री बंद कराओ ना, वो यही नहीं करा सकते, तुम ही करो, लीडर करवा सकते बंद है, लीडर बनो जाके, दुकानदार का कसूर है? ਪੰਜਾਬ ਸਰਕਾਰ ਦੇ ਕੋਟਪਾ ਐਕਟ ਅਤੇ ਫੂਡ ਸਟੈਂਡਰਡ ਐਂਡ ਸੇਫਟੀ ਐਕਟ ਦੇ ਨੋਟੀਫਿਕੇਸ਼ਨਸ ਦੇ ਅਕੋਰਡਿੰਗ ਅੱਜ ਆਪਾਂ ਤੰਬਾਕੂ ਐਂਟੀ ਟੋਬੈਕੋ ਕੰਟਰੋਲ ਜਿਹੜੀ ਸਾਡੀ ਟੀਮ ਹੈ, ਆਪਾਂ ਸੁਜਾਨਪੁਰ ਦੇ ਵੇਰੀਅਸ ਸਥਾਨਾਂ 'ਤੇ ਜਾ ਕੇ ਤੰਬਾਕੂ ਅਤੇ ਇਹਦੇ ਪਦਾਰਥ ਵੇਚਣ ਵਾਲਿਆਂ ਦਾ ਚਲਾਨ ਕਰ ਰਹੇ ਹਾਂ, ਜਿਹਦੇ ਅੰਡਰ ਖੁੱਲ੍ਹੇਆਮ ਤੰਬਾਕੂਨੋਸ਼ੀ ਕਰਨਾ, ਬਿਨਾਂ ਸਿਹਤ ਦੀ ਚੇਤਾਵਨੀ ਤੋਂ ਤੰਬਾਕੂ ਅਤੇ ਇਹਦੇ ਪਦਾਰਥ ਵੇਚਣਾ, ਕਿਸੇ ਵੀ ਸਕੂਲ ਦੇ ਅਦਾਇਰੇ ਦੇ 100 ਗਜ ਦੇ ਬਾਹਰਲੀ ਦੀਵਾਰ ਤੋਂ 100 ਗਜ ਦੇ ਅੰਦਰ ਤੰਬਾਕੂ ਵੇਚਣਾ, ਇਹ ਸਖ਼ਤ ਮਨਾ ਹੈਗਾ ਅਤੇ ਇਹਦੇ 'ਤੇ ਰੋਕਥਾਮ ਪਾਉਣ ਲਈ ਅੱਜ ਆਪਾਂ ਇਹ ਸਾਰਾ ਕੁਛ ਕਰ ਰਹੇ ਹਾਂ। ਹੁਣ ਤੱਕ 5 ਕੱਟੇ ਹੈ ਅਤੇ ਆਪਾਂ ਅੱਗੇ ਵੀ ਹੋਰ ਏਰੀਆ ਕਵਰ ਕਰਨ ਜਾ ਰਹੇ ਹਾਂ। ਅੱਜ SMO ਦੇ ਹੁਕਮਾਂ ਦੇ ਮੁਤਾਬਕ ਸਾਡੀ ਸਿਹਤ ਵਿਭਾਗ ਦੀ ਟੀਮ ਜਿਹੜੀ ਆ ਉਹ ਸੁਜਾਨਪੁਰ ਮੇਨ ਬਾਜ਼ਾਰ 'ਚ ਤੰਬਾਕੂ ਨੋਸ਼ੀ ਦੇ ਖਿਲਾਫ਼ ਇੱਕ ਮੁਹਿੰਮ ਦੇ ਅਧੀਨ ਅਸੀਂ ਅੱਜ ਚਲਾਨ ਜਿਹੜੇ ਕੱਟੇ ਆ। ਸਾਡਾ ਮੇਨ ਮਕਸਦ ਜਿਹੜਾ ਲੋਕਾਂ ਨੂੰ ਨਾ ਤਾਂ ਪਰੇਸ਼ਾਨ ਕਰਨਾ, ਨਾ ਪੈਸੇ ਇਕੱਠੇ ਕਰਨਾ, ਸਾਡਾ ਤਾਂ ਇੱਕੋ ਹੀ ਮਕਸਦ ਆ ਵੀ ਸਾਡੇ ਜਿਹੜੇ ਆ ਦੇਸ਼ ਵਾਸੀ ਬਿਲਕੁਲ ਇਹ ਨਿਰੋਗ ਰਹਿਣ, ਬਿਮਾਰੀਆਂ ਨਾ ਹੋਣ। ਸਰਕਾਰ ਨੇ ਕੋਟਪਾ ਐਕਟ ਇਸੇ ਵਾਸਤੇ ਲਾਗੂ ਕੀਤਾ। ਸੋ ਮੈਂ ਲੋਕਾਂ ਨੂੰ ਜਿੱਥੇ ਜਿੱਥੇ ਮੇਰੀ ਆਵਾਜ਼ ਆ ਰਹੀ ਹੈ, ਮੈਂ ਬੇਨਤੀ ਕਰਾਂਗਾ ਕਿ ਆਓ ਸਿਹਤ ਵਿਭਾਗ ਦੇ ਨਾਲ ਰਲ ਕੇ ਇਸ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ। ਇਹ ਤੰਬਾਕੂ ਜਿਹੜਾ ਅਸੀਂ ਸ਼ਰੇਆਮ ਬਾਜ਼ਾਰਾਂ ਦੇ ਵਿੱਚ ਵੇਚ ਰਹੇ ਹਾਂ ਜਾਂ ਸਿਗਰਟ ਵਗੈਰਾ ਪੀ ਰਹੇ ਹਾਂ, ਇਹ ਬਿਲਕੁਲ ਸਰਕਾਰ ਨੇ ਇਹਦੇ 'ਤੇ ਪਾਬੰਦੀ ਲਾਈ ਆ। ਧੰਨਵਾਦ, ਮਿਹਰਬਾਨੀ, ਸ਼ੁਕਰੀਆ। ਵਿਕਟੋਰੀਆ ਸਟੇਟ ਪਠਾਨਕੋਟ ਵਿੱਚ ਖੁੱਲ੍ਹ ਗਿਆ ਹੈ ਡਿਸਕਾਊਂਟ ਵੇਅਰ ਹਾਊਸ ਸ਼ੋਰੂਮ, ਜਹਾਂ ਪਰ ਆਪਕੋ ਮਿਲੇਗੇ ਬ੍ਰਾਂਡ ਸ਼ੂਜ਼, ਇਲੈਕਟ੍ਰੋਨਿਕ ਆਈਟਮਸ, ਹੋਮ ਐਂਡ ਕਿਚਨ ਅਪਲਾਈਂਸਿਸ, ਵੋ ਵੀ 50% ਡਿਸਕਾਊਂਟ ਪਰ। ਸੋ ਵਾਟ ਆਰ ਯੂ ਵੇਟਿੰਗ ਫੋਰ? ਕਮ ਟੂ ਡਿਸਕਾਊਂਟ ਵੇਅਰ ਹਾਊਸ, ਬੈਸਟ ਪ੍ਰਾਈਸ ਐਨੀਵੇਅਰ, ਡਿਫੈਂਸ ਰੋਡ, ਵਿਕਟੋਰੀਆ ਸਟੇਟ, ਪਠਾਨਕੋਟ।